ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕੋਰੋਨਾ ਟੀਕਾਕਰਨ ਮੁਹਿੰਮ ਤੇਜ਼ੀ ਨਾਲ ਜਾਰੀ ਹੈ। ਸਿਹਤ ਵਿਭਾਗ ਤੋਂ ਬਾਅਦ ਹੋਰ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕੋਵਿਡ ਵੈਕਸੀਨ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਦੇ ਤਹਿਤ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ADC ਡਾਕਟਰ ਹਿਮਾਂਸ਼ੂ ਅਗਰਵਾਲ, SGM ਅੰਮ੍ਰਿਤਸਰ ਵਨ ਵਿਕਾਸ ਹੀਰਾ, SGM ਅਜਨਾਲਾ ਦੀਪਕ ਪਾਟੀਆ ਸਮੇਤ ਕਈ ਅਧਿਕਾਰੀਆਂ ਨੇ ਸਿਵਲ ਹਸਪਤਾਲ ਪੁੱਜ ਕੇ ਵੈਕਸੀਨ ਲਗਵਾਈ। ਡਿਪਟੀ ਕਮਿਸ਼ਨਰ ਨੇ ਆਖਿਆ ਕਿ ਲੋਕ ਵੈਕਸੀਨ ਨੂੰ ਲੈ ਕੇ ਫੈਲੀਆਂ ਅਫਵਾਹਾਂ ਤੋਂ ਬਚਣ। ਸਹਾਇਕ ਕਮਿਸ਼ਨਰ ਅਮਨਜੋਤ ਕੌਰ, ਸਿਵਲ ਸਰਜਨ ਡਾਕਟਰ ਚਰਨਜੀਤ ਸਿੰਘ ਵੀ ਮੌਜੂਦ ਸਨ। ਜੀ, ਅੱਜ ਸਾਡਾ ਜਿਹੜਾ ਹੈ, ਪਹਿਲਾਂ ਜਿਹੜੇ ਸਾਡੇ ਮੈਡੀਕਲ ਫਰਟਰਨਿਟੀ ਦੀ ਸਾਰੀ ਟੀਮ ਸੀ, ਉਹਨਾਂ ਦਾ ਵੈਕਸੀਨੇਸ਼ਨ ਸ਼ੁਰੂ ਹੋਇਆ। ਹੁਣ ਸੈਕਿੰਡ ਜਿਹੜਾ ਹੈ ਲੋਟ, ਸਾਡੇ ਜਿਹੜੇ ਫਰੰਟਲਾਈਨ ਵਰਕਰ ਸੀ, ਉਹਨਾਂ ਦਾ ਸ਼ੁਰੂਆਤ ਹੋਈ ਹੈਗੀ ਹੈ। ਔਰ ਅੱਜ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਵੀਂ ਵੈਕਸੀਨੇਸ਼ਨ ਕਰਵਾਈ ਹੈ। ਮੇਰੇ ਐਡੀਸ਼ਨਲ ਡਿਪਟੀ ਕਮਿਸ਼ਨਰ, ਸਾਡੇ SDMs ਵੀ ਅੱਜ ਇੱਥੇ ਆਏ ਹਾਂ, ਹੋਰ ਵੀ ਸਟਾਫ ਜਿਹੜਾ ਸਾਡਾ ਹੈ, ਅਸੀਂ ਉਹਨਾਂ ਦੀ ਵੈਕਸੀਨੇਸ਼ਨ ਕਰਵਾਉਣੀ ਹੈ। ਸੋ ਅੱਜ ਪਹਿਲੀ ਡੋਜ਼ ਹੁਣੇ ਅਸੀਂ ਇਹਦਾ ਇੰਜੈਕਟ ਕਰਵਾ ਕੇ ਹਟੇ ਹਾਂ। ਸੋ ਜਿਹੜਾ ਕੰਪਲਸਰੀ ਪੀਰੀਅਡ ਹੁੰਦਾ ਹੈ, ਅੱਧੇ ਕੁ ਘੰਟੇ ਦਾ ਸੁਪਰਵੀਜ਼ਨ 'ਚ ਰਹਿਣ ਦਾ, ਸੋ ਵੀ ਆਰ ਵੇਟਿੰਗ ਫੋਰ ਦੈਟ। ਅਦਰਵਾਈਜ਼ ਵੀ ਆਰ ਫੀਲਿੰਗ ਗੁੱਡ, ਵਧੀਆ ਹੈ ਵੈਕਸੀਨ, ਕੋਈ ਬਹੁਤ ਜ਼ਿਆਦਾ ਨਾ ਤਾਂ ਪ੍ਰਿਕ ਮਹਿਸੂਸ ਹੋਈ ਹੈਗੀ ਹੈ, ਔਰ ਅਦਰਵਾਈਜ਼ ਵੀ ਆਰ ਫੀਲਿੰਗ ਬੈਟਰ। ਮੇਰੇ ਖਿਆਲ ਸਾਰਿਆਂ ਨੂੰ ਹੁਣ ਇਹੀ ਅਸੀਂ ਅਪੀਲ ਕਰਨੀ ਹੈ ਕਿ ਵੈਕਸੀਨੇਸ਼ਨ ਦਾ ਜਿਹੜਾ ਸਾਰਿਆਂ ਨੇ ਮਾਇੰਡ 'ਚ ਇੱਕ ਨੋ ਡਾਊਟ ਐਂਗਜ਼ਾਇਟੀ ਸਾਰਿਆਂ ਦੀ ਹੁੰਦੀ ਹੈ ਵੀ ਨਵੀਂ ਡੋਜ਼ ਹੈ, ਪਤਾ ਨਹੀਂ ਕਿਸ ਤਰ੍ਹਾਂ ਹੈ, ਲੇਕਿਨ ਜੋ ਸਾਡੇ ਡਾਕਟਰ ਸਾਹਿਬਾਨ ਮੈਡੀਕਲ ਐਡਵਾਈਸ ਹੈ, ਅਸੀਂ ਤਾਂ ਉਹਨੂੰ ਫੋਲੋ ਕਰਕੇ ਵੀ ਆਰ ਗੈਟਿੰਗ ਦਾ ਵੈਕਸੀਨ। 28 ਦਿਨਾਂ ਬਾਅਦ ਅਸੀਂ ਦੂਸਰੀ ਡੋਜ਼ ਇਹਦੀ ਲਗਵਾਵਾਂਗੇ ਜਿਹੜਾ ਹੈ। ਸੋ ਮੇਰੀ ਤਾਂ ਇਹੀ ਅਪੀਲ ਹੈ ਕਿ ਪਿਛਲਾ ਸਾਲ ਆਪਾਂ ਬੜਾ ਔਖਾ ਕੱਢਿਆ, ਹੁਣ ਇਸ ਸਾਲ ਆਪਾਂ ਆਪਣੇ ਸਾਰੇ ਜਿਹੜੇ ਐਕਟੀਵਿਟੀਜ਼ ਨੂੰ ਕਰਨਾ ਵੀ ਹੈਗਾ, ਉਹਦੇ ਲਈ ਵੈਕਸੀਨੇਸ਼ਨ ਆਪਾਂ ਕਰਵਾ ਕੇ ਅਤੇ ਘੱਟੋ ਘੱਟ ਸਾਡੀਆਂ ਜਿਹੜੀਆਂ ਐਂਟੀਬੋਡੀਜ਼ ਵਗੈਰਾ ਬਣ ਜਾਣ, ਤਾਂ ਕਿ ਜਿਹੜਾ ਰਿਸਕ ਹੈਗਾ ਕਰੋਨਾ ਦਾ ਉਹ ਜਿੰਨਾ ਮਿਨੀਮਾਈਜ਼ ਹੋ ਸਕੇ ਉਹ ਹੋ ਜਾਵੇ। ਕੋਵਿਡ ਤੋਂ ਬਚਾਓ ਲਈ ਪੂਰੇ ਹਿੰਦੁਸਤਾਨ 'ਚ ਜਿਹੜੀ ਕਰੋਨਾ ਵੈਕਸੀਨ ਮੁਹਿੰਮ ਹੈ ਉਹ ਤੇਜ਼ੀ ਨਾਲ ਜਾਰੀ ਹੈ, ਔਰ ਜ਼ਿਲ੍ਹਾ ਅੰਮ੍ਰਿਤਸਰ 'ਚ ਪਹਿਲੇ ਜਿਹੜੇ ਸਿਹਤ ਮੁਲਾਜ਼ਮ ਔਰ ਡਾਕਟਰ ਸੀ ਉਹਨਾਂ ਨੂੰ ਵੈਕਸੀਨੇਸ਼ਨ ਦਿੱਤੀ ਗਈ ਸੀ, ਹੁਣ ਜਿਹੜੇ ਫਰੰਟਲਾਈਨ ਵਰਕਰਸ ਨੇ ਉਹਨਾਂ ਨੂੰ ਹੁਣ ਵੈਕਸੀਨੇਸ਼ਨ ਦੇਣ ਦਾ ਕੰਮ ਸ਼ੁਰੂ ਕੀਤਾ ਗਿਆ। ਔਰ ਇਸ ਦੇ ਪਹਿਲੇ ਪੜਾਅ ਦੇ 'ਚ ਅੱਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਖਹਿਰਾ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਕਈ ਵੱਡੇ ਅਫਸਰਾਂ ਨੂੰ ਅੱਜ ਵੈਕਸੀਨੇਸ਼ਨ ਕੀਤੀ ਗਈ। ਕੈਮਰਾਮੈਨ ਰਕੇਸ਼ ਕੁਮਾਰ, ਸੰਦੀਪ ਸਿਆਲ, ਫਸਟ ਨਿਊਜ਼ ਅੰਮ੍ਰਿਤਸਰ।